2022 ਦੀ ਵਿਧਾਨ ਸਭਾ ਚੋਣਾਂ ਹੋ ਚੁੱਕੀਆਂ ਹੋਈਆਂ ਇੰਤਜ਼ਾਰ ਸਿਰਫ ਨਤੀਜਿਆਂ ਦਾ ਹੈ 10 ਮਾਰਚ ਦੋ ਦਿਨ ਰਹਿ ਚੁੱਕੇ ਨੇ ਨਤੀਜਾ ਆਉਣ ਵਾਲਾ ਹੈ ਕਿ ਪੰਜਾਬ ਦੀ ਸਰਕਾਰ ਆਖਿਰਕਾਰ ਕੌਣ ਲੈ ਕੇ ਜਾਏਗਾ ਇਹ ਖਿਤਾਬ ਬਹੁਤ ਵੱਡਾ ਇੱਕ ਕੁਐਸਚਨ ਮਾਰਕ ਹੈ ਹਾਲਾਂਕਿ ਇਸ ਟਾਈਮ ਦੇ ਉੱਤੇ ਕਿਸੇ ਵੀ ਪਾਰਟੀ ਨੂੰ ਕਿਸੇ ਵੀ ਤਰੀਕੇ ਦੇ ਨਾਲ ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਹੀ 2022 ਦੇ ਵਿੱਚ ਆਏਗੀ ਪਰ ਕਾਂਗਰਸ ਦੀ ਜੇਕਰ ਗੱਲ ਕਰੀਏ ਤਾਂ ਇਲੈਕਸ਼ਨਸ ਤੋਂ ਪਹਿਲਾਂ ਵੀ ਕੁਝ ਕਾਂਗਰਸ ਦੇ ਵਿੱਚ ਹੀ ਉਤਾਰ ਚੜਾਅ ਵਾਏ ਨੇ ਅਤੇ ਹੁਣ ਵੀ ਕੁਝ ਅਜਿਹੇ ਦੇਖਣ ਨੂੰ ਮਿਲਦਾ ਹੈ ਗੱਲਬਾਤ ਕਰਾਂਗੇ ਕੁਲਦੀਪ ਵੈਦੀ ਦੇ ਨਾਲ ਕੁਲਦੀਪ ਜੀ ਮੈਂ ਜਿਸ ਤਰੀਕੇ ਨਾਲ ਗੱਲ ਕੀਤੀ ਕਿ ਪਹਿਲਾਂ ਵੀ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਦਰਦ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹਾਂਜੀ ਸ਼ਿਫਾਲੀ ਜਿਸ ਤਰੀਕੇ ਨਾਲ ਮੈਂ ਗੱਲ ਕੀਤੀ ਕਿ ਪਹਿਲਾਂ ਵੀ ਉਤਾਰ ਚੜਾਅ ਜਿਹੜਾ ਕਾਂਗਰਸ ਦੇ ਵਿੱਚ ਸੀਗਾ ਹੁਣ ਇਲੈਕਸ਼ਨਸ ਹੋ ਚੁੱਕੇ ਹੋਏ ਐ ਰਿਜ਼ਲਟ ਆਉਣ ਵਾਲਾ ਵੈ ਹੁਣ ਵੀ ਉਤਾਰ ਚੜਾਅ ਜਿਹੜਾ ਉਹ ਕਾਂਗਰਸ ਦੇ ਵਿੱਚ ਦਿਖਾਈ ਦੇ ਰਿ ਨਹੀਂ ਕਿਸੇ ਤਰ੍ਹਾਂ ਦਾ ਸ਼ਿਫਾਲੀ ਕੋਈ ਉਤਰਾ ਚੜਾ ਨਹੀਂ ਹੈ ਟੁਡੇ 7th 10th ਮਾਰਚ ਨੂੰ ਦੁਪਹਿਰ ਤੱਕ ਸਾਰਾ ਕੁਝ ਕਲੀਅਰ ਹੋ ਜਾਏਗਾ ਬਟ ਇੱਕ ਮੈਂ ਤੁਹਾਨੂੰ ਬਹੁਤ ਦਾਅਵੇ ਨਾਲ ਗੱਲ ਕਰ ਸਕਦਾ ਕਿ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਜੋ ਕੰਮ ਕੀਤੇ ਨੇ ਉਹ ਲੋਕਾਂ ਦੇ ਮਨਾਂ ਦੇ ਉੱਤੇ ਛਾਪ ਛੱਡ ਕੇ ਗਏ ਨੇ ਕੋਈ ਵੀ ਪਾਰਟੀ ਕਿਸੇ ਤਰ੍ਹਾਂ ਜੋ ਮਰਜੀ ਸਰਵੇ ਕਰਵਾਈ ਜਾਵੇ ਚਾਹੇ ਪੈਸੇ ਦੇ ਕੇ ਕਰਾਵੇ ਚਾਹੇ ਨਾ ਕਰਾਵੇ ਬਟ ਸਰਕਾਰ ਕਾਂਗਰਸ ਦੀ ਬਣੇਗੀ ਤੇ ਸਰਦਾਰ ਚਰਨਜੀਤ ਸਿੰਘ ਚੰਨੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਬਣਨਗੇ ਗੱਲ ਕਰਾਂਗੇ ਸ਼ਮਸ਼ੇਰ ਸਿੰਘ ਦੁੱਲੋਂ ਦੀ ਵੀ ਜਿਨ੍ਹਾਂ ਦਾ ਬਿਆਨ ਆਇਆ ਕਿ ਕਾਂਗਰਸ ਦੀਆਂ ਸੀਟਾਂ ਜਿਹੜੀਆਂ ਉਹ ਖਰੀਦੀਆਂ ਗਈਆਂ ਐਤਕੀ ਕੀ ਕਹਿਣਾ ਚਾਹੋਗੇ ਦੇਖੋ ਬੜੇ ਸੀਨੀਅਰ ਸਾਡੇ ਲੀਡਰ ਨੇ ਰਾਜ ਸਭਾ ਦੇ ਮੈਂਬਰ ਹੈ ਮਨਿਸਟਰ ਵੀ ਰਹੇ ਨੇ ਸਰ ਬਿਆਨ ਸਿੰਘ ਦੀ ਸਰਕਾਰ ਦੇ ਵਿੱਚ ਇਹੋ ਜੇ ਲੀਡਰ ਨੂੰ ਇਹੋ ਜੇ ਬਿਆਨ ਬਹੁਤ ਸੋਚ ਸਮਝ ਕੇ ਦੇਣੇ ਚਾਹੀਦੇ ਮੈਂ ਅੱਜ ਸਵੇਰੇ ਵੀ ਕਿਹਾ ਸੀ ਕਿ ਜੇ ਦੁੱਲੋਂ ਸਾਹਿਬ ਦੇ ਕੋਲੇ ਦੁੱਲੋਂ ਸਾਹਿਬ ਦੇ ਕੋਲੇ ਕੋਈ ਇਹੋ ਜੇ ਕੋਈ ਫੈਕਟਸ ਹੈਗੇ ਆ ਤੇ ਪਬਲਿਕ ਕਰ ਲੋਗਾ ਨੂੰ ਦੱਸਣ ਵੀ ਕਿੱਥੇ ਪੈਸੇ ਚੱਲੇ ਐਵੇਂ ਵੇਗ ਜੀ ਸਟੇਟਮੈਂਟ ਦੇ ਕੇ ਕਾਂਗਰਸ ਦੇ ਵਰਕਰਜ਼ ਨੂੰ ਕਾਂਗਰਸ ਦੇ ਲੀਡਰਜ਼ ਨੂੰ ਭੰਬਲ ਪੂਸੇ ਚ ਪਾਉਣਾ ਇਹ ਚੰਗੀ ਗੱਲ ਨਹੀਂ ਅਸੀਂ ਨਹੀਂ ਐਕਸਪੈਕਟ ਕਰਦੇ ਕਿ ਦੂਲੋ ਸਾਹਿਬ ਵਰਗਾ ਜਿਹੜਾ ਐਡਾ ਵੱਡਾ ਲੀਡਰ ਐਡੀ ਲੰਬੀ ਉਹਨਾਂ ਦੀ ਸਿਆਸਤ ਚੱਲੀ ਐ ਕਿ ਉਹ ਕੋਈ ਬੇਸਲੈਸ ਕੋਈ ਸਟੇਟਮੈਂਟ ਦੇਣ ਇਸ ਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਮਾਫੀਆ ਜਿਹੜਾ ਉਹ ਕਾਂਗਰਸ ਦੇ ਵਿੱਚ ਘੁੱਸ ਚੁੱਕਾ ਹੋਇਆ ਵੈ ਮੈਂ ਇਹ ਸਵਾਲ ਪੁੱਛਦਾ ਦੂਲੋ ਸਾਹਿਬ ਨੂੰ ਮਾਫੀਆ ਦੀ ਕੀ ਡੈਫੀਨੇਸ਼ਨ ਆ ਇਹ ਵੀ ਦੱਸਣ ਲੋਕਾਂ ਨੂੰ ਕਿ ਕਿਹੜਾ ਮਾਫੀਆ ਇਹ ਦੱਸਣਾ ਚਾਹੀਦਾ ਦੂਲੋ ਸਾਹਿਬ ਨੂੰ ਕਿ ਮਾਫੀਆ ਅਸੀਂ ਹਮੇਸ਼ਾ ਮਾਫੀਆ ਮਾਫੀਆ ਕਰਦੇ ਆ ਮਾਫੀਆ ਦੀ ਕੀ ਡੈਫੀਨੀਸ਼ਨ ਹੈ ਕੌਣ ਮਾਫੀਆ ਨੇ ਦੱਸਣਾ ਨਾ ਜੀ ਇਹ ਇਹ ਦੱਸਣਾ ਚਾਹੀਦਾ ਐਵੇਂ ਸਟੇਟਮੈਂਟ ਦੇ ਦੇਣੇ ਜੀ ਮਾਫੀਆ ਕੁਛ ਚੁੱਕਿਆ ਕਿਹੜਾ ਮਾਫੀਆ ਕਿਹੜਾ ਮਾਫੀਆ ਮੈਂ ਦੁਬਾਰਾ ਸਵਾਲ ਪੁੱਛਦਾ ਇਹਨਾਂ ਨੂੰ ਜਵਾਬ ਦੇਣਾ ਚਾਹੀਦਾ ਨਾ ਗੱਲਾਂ ਇਸ ਨਾਲ ਗੱਲਬਾਤ ਵੀ ਕਰਾਂਗੇ ਰਜਿੰਦਰ ਕੌਰ ਪੱਠਲ ਜੀ ਦਾ ਵੀ ਬਿਆਨ ਆਇਆ ਸੀਗਾ ਕਿ ਹੋ ਸਕਦਾ ਹੈ ਜੇਕਰ ਪੰਜਾਬ ਦੇ ਵਿੱਚ ਕਾਂਗਰਸ ਨੂੰ ਗਠਜੰਬਨ ਕਰਨ ਦੀ ਲੋੜ ਹੋਈ ਪਹਿਲਾਂ ਤੁਹਾਡਾ رائے ਜਾਣਾਂਗੀ ਤੁਹਾਡੀ رائے ਜਾਵਾਂਗੀ ਕਿ ਕਿਸ ਤਰੀਕੇ ਦਾ ਹੋ ਸਕਦਾ ਹੈ ਕਿ ਕਾਂਗਰਸ ਕਿਤਨਾ ਕਿਤੇ ਗਠਜੰਬਨ ਕਰ ਸਕਦੀ ਹੈ ਦੇਖੋ ਸ਼ਿਫਾਲੀ ਪੰਜਾਬ ਇਕੱਲਾ ਪੰਜਾਬ ਦੇ ਵਿੱਚ ਹੀ ਨਹੀਂ ਤੁਸੀਂ ਦੇਖੋ ਪੰਜਾਬ ਦੇ ਭਾਜੀਪੀ ਆਪਸ ਦੇ ਵਿੱਚ ਭਾਈਵਾਲ ਸੀ ਹੁਣ ਭਾਜੀਪੀ ਵੱਖਰੀ ਇਲੈਕਸ਼ਨ ਲੜੀ ਹੈ ਸ਼ਰੋਮਣੀ ਕਾਲੀ ਦਲ ਬੀਐਸਪੀ ਨਾਲ ਗਿਆ ਹੈ ਪੀਐਲਸੀ ਵੱਖਰੀ ਗਈ ਹੈ ਪੀਐਲਸੀ ਨੇ ਜਿਹ 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 ਸਿਸਟਮ ਉਹਨਾਂ ਦਾ ਬਣੋ ਆਪਣੇ ਸਾਹਮਣੇ ਹੈ ਸੋ ਜਿੰਨੀਆਂ ਵੀ ਸਟੇਟਾਂ ਨੇ ਪੰਜਾਬ ਦੇ ਵਿੱਚ ਜਦੋਂ ਉਹਨਾਂ ਦੇ ਇਲੈਕਸ਼ਨ ਹੁੰਦੇ ਆ ਜਿੱਥੇ ਮジョਰਿਟੀ ਨਹੀਂ ਆਉਂਦੀ ਉੱਥੇ ਗਠਬੰਦੀ ਦੀ ਸਰਕਾਰ ਬਣਦੀ ਹੈ ਤੁਸੀਂ ਦੇਖੋ ਬੀਜੇਪੀ ਨੇ ਜੰਮੂ ਕਸ਼ਮੀਰ ਦੇ ਵਿੱਚ ਪੀਡੀਪੀ ਨਾਲ ਸਮਝੌਤਾ ਕੀਤਾ ਪੀਡੀਪੀ ਨਾਲ ਸਰਕਾਰ ਚਲਾਇਆ ਜੇ ਉਹ ਕਰ ਸਕਦੇ ਆ ਜੇ ਕਿਤੇ ਕੋਈ ਇਹੋ ਜੀ ਸਿਚੁਏਸ਼ਨ ਆਉਂਦੀ ਹੈ ਜਿਹੜਾ ਮਿਸਿਸ ਪੱਟਲ ਨੇ ਕਿਹਾ ਤੇ ਗੱਠਬੰਧਨ ਹੋ ਸਕਦਾ ਹੈ ਯੂਪੀਏ ਕੀ ਹੈ ਐਨਡੀਏ ਕੀ ਹੈ ਗੱਠਬੰਧਨ ਦੀਆਂ ਹੀ ਸਰਕਾਰਾਂ ਸੀ ਪਰ ਹਾਈ ਕਮਾਂਡ ਕਹਿ ਰਹੀ ਹੈ ਅਓ ਜੀ ਕੋਈ ਇਨਫੋਰਮੇਸ਼ਨ ਨਹੀਂ ਹੈ ਕੋਈ ਚਰਚਾ ਮੈਂ ਕਹਿ ਰਿਹਾ ਮੈਂ ਹਰ ਚੈਨਲ ਤੇ ਪਿਛਲੇ 4 ਦਿਨ ਦਾ ਕਹਿ ਰਿਹਾ ਕਿ ਬਿਲਕੁਲ ਕੋਈ ਗੱਠਬੰਧਨ ਦੀ ਸਰਕਾਰ ਨਹੀਂ ਕਾਂਗਰਸ ਦੀ ਸਰਕਾਰ 10 ਮਾਰਚ ਨੂੰ 11 12 ਵਜੇ ਤੱਕ ਕਲੀਅਰ ਹੋ ਜਾਏਗਾ ਕਿ ਸਰਦਾਰ ਚਰਨਜੀਤ ਸਿੰਘ ਚੰਨੀ ਅਗਲੇ ਮੁੱਖ ਮੰਤਰੀ ਬਣਨਗੇ ਕਾਂਗਰਸ ਸਰਕਾਰ ਬਣਾਏਗੀ ਮੈਂ ਦਾਅਵੇ ਨਾਲ ਕਹਿਣਾ ਤੁਹਾਨੂੰ ਉਹ ਦੇਖ ਪਾਰੇ ਅਸੀਂ ਕਿ ਰਿਜ਼ਲਟਸ ਤੋਂ ਪਹਿਲਾਂ ਹੀ ਤੁਸੀਂ ਬਹੁਤ ਓਵਰ ਐਕਸਾਈਟਡ ਵੀ ਹੋ ਨਾਲੇ ਕੌਨਫिडेंस ਦੇ ਵਿੱਚ ਫਾਲੀ 100% ਟਾਈਟਲ ਯੂ ਤੁਸੀਂ ਵੇਖਿਓ ਰਿਜ਼ਲਟ ਆ ਜਿਹੜੇ ਸਾਡੇ ਕੋਈ ਪੋਲ ਐਗਜ਼ਿਟ ਪੋਲਸ ਆਉਂਦੇ ਆ ਦੂਜੇ ਆਉਂਦੇ ਆ ਐਗਜ਼ਿਟ ਪੋਲ ਕਿੱਥੇ ਸਕਸੈਸਫੁਲ ਹੋਏ ਨਹੀਂ ਥਿਸ ਇਜ਼ ਆਲ ਗੈਸ ਵਰਕ ਹੈ ਚਾਰ ਲੋਕਾਂ ਨੂੰ ਪੁੱਛ ਲਿਆ ਹੁਣ ਮੇਰੇ ਹਲਕੇ ਦੇ ਵਿੱਚ 284000 ਵੋਟਰਾਂ ਦੇ ਕੀ ਕਿਸੇ ਨੇ 84000 ਨੂੰ ਪੁੱਛਿਆ 10 ਬੰਦੇ ਗਏ 10 ਬੰਦਿਆਂ ਨਾਲ ਗੱਲ ਕਰਕੇ ਉਹ ਐਗਜ਼ਿਟ ਪੋਲ ਬਣਾ ਦਿੰਦੇ ਕਿੱਥੇ ਐਗਜ਼ਿਟ ਪੋਲ ਨਹੀਂ ਫੇਲ ਹੋਇਆ ਇਹ ਭਾਜੀਪੀ ਦਾ ਐਗਜ਼ੈਕਟ ਫੋਰ ਐਗਜ਼ਿਟ ਪੋਲ ਵੈਸਟ ਬੰਗਾਲ ਚ ਬੁਰੀ ਤਰ੍ਹਾਂ ਫਲॉप ਹੋ ਗਿਆ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਦੇ ਬਿਆਨ ਆਉਂਦੇ ਸੀਗੇ ਕਿ 200 ਸੀਟਾਂ ਲੈ ਕੇ ਜਾਵਾਂਗੇ ਕਿੱਥੇ ਰਹਿ ਗਈ ਸੋ ਮੈਂ ਤਾਂ ਆਈ ਬਲੀਵ ਇੰਟੋ 10 ਮਾਰਚ ਨੂੰ ਤਿੰਨ ਦਿਨਾਂ ਬਾਅਦ ਰਿਜ਼ਲਟ ਆ ਜਾਣਾ ਐਵੇਂ ਆਪਾਂ ਸਾਰੇ ਲੱਗੇ ਹੋਏ ਨੇ ਕਿਆਸ ਰਹੀਆਂ ਕਿਉਂਕਿ ਸੌਰੀ ਫॉर दैट ਕਿ ਚੈਨਲਸ ਨੇ ਜਿਹੜੇ ਇਹਨਾਂ ਨੂੰ ਕੋਈ ਨਾ ਕੋਈ ਲੋਕਾਂ ਨੂੰ ਦੱਸਣ ਨੂੰ ਮੁੱਦਾ ਚਾਹੀਦਾ ਥਿਸ ਇਜ਼ ਗੁੱਡ ਮੁੱਦਾ ਕਿ ਅੱਜ ਐਗਜ਼ਿਟ ਪੋਲ ਆ ਰਿਹਾ ਸ਼ਾਮ ਨੂੰ ਡਿਬੇਟ ਹੋਏਗੀ ਲੋਕ ਆਪਣੀਆਂ ਕਿਆਸ ਰਾਈਆਂ ਲਾਉਣਗੇ ਕੋਈ ਕਾਂਗਰਸ ਵਾਲੇ ਕਾਂਗਰਸ ਨੂੰ ਡਿਫੈਂਡ ਕਰਨਗੇ ਭਾਜਪਾ ਵਾਲੇ ਭਾਜਪਾ ਨੂੰ 10 ਮਾਰਚ ਨੂੰ ਰਿਜ਼ਲਟ ਆ ਹੀ ਜਾਣਾ ਅੰਤ ਵਿੱਚ ਵੀ ਪੁੱਛੂੰਗੀ ਕਿ ਅਮਿਤ ਸ਼ਾਹ ਹੁਣੀ ਨਹੀਂ ਹੁਣੇ ਲਾਈਵ ਹੋਏ ਸੀਗੇ ਤਾਂ ਉਹਨਾਂ ਨੇ ਇਹ ਵੀ ਚੀਜ਼ ਕਹੀ ਹੈ ਆਖੀ ਹੈ ਕਿ ਪਰੋਸਾ ਹੈ ਪੰਜਾਬ ਦੇ ਵਿੱਚ ਭਾਜਪਾ ਜਿਹੜੀ ਹੈ ਉਹ ਜ਼ਿਆਦਾ ਸੀਟਾਂ ਨਹੀਂ ਲੈ ਕੇ ਜਾਂਦੀ ਇਹਦੇ ਵਿੱਚ ਕੋਈ ਦੋਰਾਵਾ ਹੀ ਨਹੀਂ ਹੈ ਸ਼ਿਫਾਲੀ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਮੈਨੂੰ ਤਾਂ ਲੱਗਦਾ ਸ਼ਾਇਦ ਇੱਕ ਜਾਂ ਦੋ ਸੀਟਾਂ ਭਾਜਪਾ ਨੂੰ ਆਣਗੀਆਂ ਨਹੀਂ ਆਉਂਦੀਆਂ ਕਿਉਂਕਿ ਅੱਗੇ ਭਾਜਪਾ ਜਿਹੜੀਆਂ ਸੀਟਾਂ ਲੈ ਕੇ ਜਾਂਦੀ ਸੀ ਉਹ ਅਕਾਲੀ ਦਲ ਦੇ ਨਾਲ ਇਹਨਾਂ ਦਾ ਅਲਾਈਨ ਸੀ ਇਹ ਜਦੋਂ ਇਕੱਠੇ ਲੜਦੇ ਸੀ ਉਦੋਂ ਇਹਨਾਂ ਨੂੰ ਸੀਟਾਂ ਆ ਜਾਂਦੀ ਪਰ ਹੁਣ ਵੀ ਇਕੱਠੇ ਹੀ ਨਹੀਂ ਨੇ ਕਿ ਤਾਂ ਐਵੇਂ ਗੱਲਾਂ ਨੇ ਕਿ ਜੀ ਛੱਡ ਦਿੱਤਾ ਕਰ ਦਿੱਤਾ ਠੀਕ ਹੈ ਉਹ ਕਾਲੇ ਕਾਨੂੰਨਾਂ ਦਾ ਮੁੱਦਾ ਆ ਗਿਆ ਸੀਗਾ 5 ਜੂਨ ਤੋਂ 17 ਸੈਪਟੰਬਰ ਤੱਕ ਤਾਂ ਅਕਾਲੀ ਦਲ ਨੇ ਇਸ ਕਾਲੇ ਕਾਨੂੰਨ ਦੇ ਹੀ ਸੋਲੇ ਗਏ ਉੱਚੀ ਉੱਚੀ ਡੰਡਾ ਪਾ ਕੇ ਕਿਹਾ ਵੀ ਇਹ ਕਾਲੇ ਕਾਨੂੰਨ ਤਾਂ ਬਹੁਤ ਵਧੀਆ ਨੇ ਲੇਕਿਨ ਬਾਅਦ ਵਿੱਚ ਲੋਕਾਂ ਦੇ ਪ੍ਰੈਸ਼ਰ 'ਚ ਇਹਨਾਂ ਨੂੰ ਉਹ ਵਾਪਸ ਲੈਣਾ ਪਿਆ ਫਿਰ ਇਹਨਾਂ ਨੇ ਭਾਜਪਾ ਦਾ ਸਾਥ ਛੱਡਿਆ ਲੇਕਿਨ ਅੰਦਰੋਂ ਇਕੱਠੇ ਹੀ ਨੇ ਇਹ ਬੀਐਮਬੀ ਦਾ ਵੀ ਮੁੱਦਾ ਜਿਹੜਾ ਬਹੁਤ ਪੱਖਿਆ ਹੋਇਆ ਵੈ ਲਗਾਤਾਰ ਉਸ ਦੇ ਉੱਤੇ ਚਰਚਾਵਾਂ ਹੋ ਰਹੀਆਂ ਨੇ ਕਿਸਾਨ ਜਿਹੜੇ ਉਹਨਾਂ ਨੇ ਵੀ ਮੋਰਚਾ ਖੋਲ ਦਿੱਤਾ ਹੋਇਆ ਕਿਸ ਤਰੀਕੇ ਨਾਲ ਦੇਖਦੇ ਹੋ ਇਸ ਮੁੱਦੇ ਸ਼ਿਫਾਲੀ ਬਹੁਤ ਇੰਪੋਰਟੈਂਟ ਮੁੱਦਾ ਆ ਮੈਨੂੰ ਸਮਝ ਨਹੀਂ ਲੱਗਦੀ ਕਿ ਬੀਜੇਪੀ ਇਹੋ ਜੇ ਹੱਤਕੰਡੇ ਕਿਉਂ ਅਪਣਾ ਰਹੀ ਆ ਕਿਉਂ ਨਹੀਂ ਸਾਨੂੰ ਲੋਕਾਂ ਨੂੰ ਸ਼ਾਂਤ ਮਈ ਢੰਗ ਨਾਲ ਜਿਉਣ ਦਿੰਦੀ ਬੀਬੀ ਦਾ ਬੀਬੀ ਐਮਬੀ ਜਿਹੜਾ ਪਾਕੜਾ ਵਿਆਸ ਮੈਨੇਜਮੈਂਟ ਬੋਰਡ ਹੈ ਇਹ ਮੇਰੇ ਖਿਆਲ 74 ਦੇ ਵਿੱਚ ਇਹ ਫਾਰਮ ਦੇ ਵਿੱਚ ਆਇਆ ਸੀਗਾ 17 79 ਚ ਆਇਆ ਸੀਗਾ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਸਾਡੀ ਉਹਦੇ ਵਿੱਚ ਕਿਉਂਕਿ ਸ਼ੇਅਰ ਹੈ ਮੈਂਬਰ ਹੈ ਜਦੋਂ ਹਰਿਆਣਾ ਬਣਿਆ ਸੀ 60 40 ਦੀ ਰੇਸ਼ਿਓ ਸੀ ਇਹੋ ਜੀ ਹਰਕਤਾਂ ਕਰਨ ਦੀ ਕੀ ਜ਼ਰੂਰਤ ਹੈ ਭਾਜਪਾ ਦੀ ਸਰਕਾਰ ਹੈ ਜਿਹੜੀ ਜੋ ਚੱਲ ਰਿਹਾ ਸਿਸਟਮ ਵਧੀਆ ਚੱਲ ਰਿਹਾ ਕੋਈ ਇਹਦੇ 'ਚ ਨੁਕਸਾਨ ਵਾਲੀ ਅਸੀਂ ਵੀ ਉਹਦੇ 'ਚ ਮੈਂਬਰ ਆ ਹਰਿਆਣਾ ਵੀ ਉਹਦੇ 'ਚ ਮੈਂਬਰ ਆ ਬਟ ਥੈਂਕ ਯੂ ਫਾਰ ਮੈਂ ਧੰਨਵਾਦ ਕਰੂੰਗਾ ਖੱਟੜ ਸਾਹਿਬ ਦਾ ਕਿ ਉਹਨਾਂ ਨੇ ਅੱਜ ਵਿਧਾਨ ਸਭਾ ਦੇ ਵਿੱਚ ਮੈਨੂੰ ਦੱਸਿਆ ਗਿਆ ਕਿ ਉਹਨਾਂ ਨੇ ਬਿਆਨ ਦਿੱਤਾ ਕਿ ਉਹ ਪੰਜਾਬ ਦੇ ਤਰ੍ਹਾਂ ਉਹ ਵੀ ਜਿਹੜਾ ਆਪਣਾ ਹੈ ਪ੍ਰੋਟੈਸਟ ਕਰਨਗੇ ਨਹੀਂ ਤਾਂ ਅੱਗੇ ਤਾਂ ਜਿਹੜੇ ਭਾਜੀਪੀ ਦੇ ਪੰਜਾਬ ਵਾਲੇ ਲੀਡਰ ਆ ਉਹ ਇਹੀ ਕਹੀ ਜਾਂਦੇ ਆ ਕਾਂਗਰਸ ਜੀ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਕਾਂਗਰਸ ਜੀ ਹੁਣ ਐਟ ਲੀਸਟ ਇਹ ਨਹੀਂ ਕਹਿ ਸਕਦੇ ਕਿ ਕਾਂਗਰਸ ਗੁੰਮਰਾਹ ਕਰ ਰਹੀ ਹੈ ਹੁਣ ਖੱਟੜ ਸਾਹਿਬ ਨੇ ਵੀ ਇਹ ਬਿਆਨ ਦਿੱਤਾ ਹੈ ਇਹ ਗਲਤ ਹੈ ਜੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਕਾਂਗਰਸ ਕਰਕੇ ਹੀ ਹੋਇਆ ਕਿਉਂਕਿ ਲਿਸਟ ਜਿਹੜੀ ਉਹ ਨਹੀਂ ਦਿੱਤੀ ਗਈ ਉਸ ਤੋਂ ਬਾਅਦ ਇਸ ਮਸਲੇ ਦੇ ਵਿੱਚ ਇਹ ਬੀਬੀਐਮਬੀ ਦੇ ਮਸਲੇ ਦੇ ਵਿੱਚ ਇਹੋ ਜੀ ਕੋਈ ਗੱਲ ਨਹੀਂ ਇਹ ਤਾਂ ਉਹਨਾਂ ਨੇ ਰੂਲਸ ਐਂਡ ਰੈਗੂਲੇਸ਼ਨ ਜਿਹੜੇ ਬਣਦੇ ਨੇ ਭਾਜੀਪੀ ਨੇ ਫਾਰਮ ਕੀਤੇ ਨੇ ਟਵਿਸਟ ਕਰਨ ਲਈ ਆਪਣਾ ਕੰਟਰੋਲ ਕਰਨ ਲਈ ਇਹ ਕਰਕੇ ਇਸ ਕਰਕੇ ਬੀਜੇਪੀ ਨੂੰ ਇਹ ਨਹੀਂ ਚਾਹੀਦਾ ਸਗੋਂ ਚਾਹੀਦਾ ਹੈ ਤਹ ਸਟੇਟਾਂ ਨੂੰ ਫੈਸਿਲੀਟੇਟ ਕਰਨ ਇਹ ਪੰਜਾਬ ਨੂੰ ਠੋਕਣ ਤੇ ਲੱਗੇ ਹੋਇਆ ਤੁਸੀਂ ਦੇਖੋ ਜੀਐਸਟੀ ਦਾ ਮਸਲਾ ਸਾਡਾ ਰੂਰਲ ਡਿਵੈਲਪਮੈਂਟ ਫੰਡ ਰੋਕਿਆ ਹੋਇਆ ਚੇਅਰਮੈਨ ਐਮ ਡੀ ਜਿਹੜਾ ਸਿਟਕੋ ਦਾ ਲੱਗਦਾ ਉਹਨੂੰ ਉਤਾਰ ਕੇ ਯੂਟੀ ਦਾ ਲਾ ਦਿੱਤਾ ਗਿਆ ਠੀਕ ਹੈ ਇਹ ਹੌਲੀ ਹੌਲੀ ਜਿਹੜਾ ਇਹ ਬੀਜੇਪੀ ਹੈ ਇਹ ਪੰਜਾਬ ਨੂੰ ਕੁਮਾਰੀ ਹੈ ਪੰਜਾਬ ਦੇ ਨਾਲ ਬਦਲਾਖੋਰੀ ਵਾਲੀ ਰਾਜਨੀਤੀ ਕਰਦੀ ਹੈ ਇਲੈਕਸ਼ਨਸ ਤੋਂ ਠੀਕ ਪਹਿਲਾਂ ਅਜਿਹੇ ਮਸਲੇ ਕਿਉਂਕਿ ਪਖਦੇ ਹੋਏ ਸਾਲ ਜੇਕਰ ਅਸੀਂ ਗੱਲ ਕਰੀਏ ਤਾਂ ਕਿਸਾਨੀ ਸੰਘਰਸ਼ ਹੋਇਆ ਸਭ ਕੁਝ ਹੋਇਆ ਸੋ ਹੁਣ ਬਿਲਕੁਲ ਕਰੀਬ ਆ ਕੇ ਇਹ ਮਸਲਾ ਜਿਹੜਾ ਹੈ ਬਹੁਤ ਜ਼ਿਆਦਾ ਪੱਕਿਆ ਹੋਇਆ ਹੈ ਇਹ ਜਾਣ ਬੁੱਝ ਕੇ ਕੀਤਾ ਜਾ ਰਿਹਾ ਤੁਸੀਂ ਦੇਖੋ ਨਾ ਪ੍ਰਾਈਮ ਮਿਨਿਸਟਰ ਦੀ ਮੀਟਿੰਗ ਸੀ ਫਿਰੋਜ਼ਪੁਰ ਚ ਸਭ ਤੋਂ ਪਹਿਲਾਂ ਤਾਂ ਉਹਨਾਂ ਲੋਕਾਂ ਨੂੰ ਪਨਿਸ਼ ਕਰਨਾ ਚਾਹੀਦਾ ਸੀ ਮੋਦੀ ਸਾਹਿਬ ਨੇ ਜਿਨ੍ਹਾਂ ਨੇ ਐਡੀ ਹੈਵੀ بارش ਵਾਲੇ ਦਿਨ ਉੱਥੇ ਪ੍ਰੋਗਰਾਮ ਰਖਾ ਲਿਆ ਫਿਰ ਜੋ ਮੋਦੀ ਸਾਹਿਬ ਨੇ ਆ ਕੇ ਕਿਹਾ ਉਹ ਵੀ ਆਪਾਂ ਸਭ ਨੂੰ ਪਤਾ ਹੈ ਕੋਈ ਮੋਦੀ ਸਾਹਿਬ ਦੀ ਸਿਕਿਉਰਿਟੀ ਨੂੰ ਥ੍ਰੈਟ ਸੀ ਪੰਜਾਬੀਆਂ ਨੂੰ ਬਦਨਾਮ ਕਰਨ ਲਈ ਸਾਰਾ ਕੁਝ ਕੀਤਾ ਗਿਆ ਇਹੋ ਜੀਆਂ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਇਹ ਦੇਸ਼ ਦੀ ਦੇਸ਼ ਵਾਸਤੇ ਚੰਗੀਆਂ ਗੱਲਾਂ ਨਹੀਂ ਹਨ ਮੈਂ ਸਵਾਲ ਇਹ ਵੀ ਪੁੱਛਣਾ ਚਾਹੂੰਗੀ ਕਿ ਜਦੋਂ ਬੀਬੀਐਮਪੀ ਦਾ ਮਸਲਾ ਹੋਇਆ ਤਾਂ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਨੇ ਬਹੁਤ ਵਾਰ ਚਿੱਠੀ ਜਿਹੜੀ ਉਹ ਪਾਈ ਸੀ ਮਿਲਣ ਦੇ ਵਾਸਤੇ ਕੇਂਦਰ ਸਰਕਾਰ ਨੂੰ ਪਰ ਉਸ ਤੋਂ ਪਹਿਲਾਂ ਅੱਜ ਸਵੇਰੇ ਅੱਜ ਸ਼ਾਮ ਤੋਂ ਉਹਨਾਂ ਨੂੰ ਟਾਈਮ ਮਿਲਿਆ ਤੇ ਅੱਜ ਸਵੇਰੇ ਹੀ ਕੈਪਟਨ ਅਮਰਿੰਦਰ ਸਿੰਘ ਮਿਲ ਕੇ ਆ ਚੁੱਕੇ ਹੋਏ ਹਾਲਾਂਕਿ ਕਿਆ ਇਸ ਮੁੱਦੇ ਦੇ ਉੱਤੇ ਕੋਈ ਗੱਲਬਾਤ ਨਹੀਂ ਹੋ ਪਈ ਨਹੀਂ ਚਲੋ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਭਾਈਵਾਲ ਨੇ ਉਹ ਮਿਲਣ ਜਾਂ ਨਾ ਮਿਲਣ ਉਹਨਾਂ ਨਾਲ ਇਸ ਮੁੱਦੇ ਦਾ ਕੋਈ ਕੰਸਰਨ ਨਹੀਂ ਹਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਚਰਨਜੀਤ ਸਿੰਘ ਚੰਨੀ ਨੇ ਇਹ ਮਸਲਾ ਟੇਕ ਅਪ ਕੀਤਾ ਵਿਦ ਹੋਮ ਮਿਨਿਸਟਰ ਅੱਛੀ ਗੱਲ ਹੋਮ ਮਿਨਿਸਟਰ ਸਾਬ ਨੂੰ ਇਸ ਗੱਲ ਦੇ ਉੱਤੇ ਪਹਿਰਾ ਦੇਣਾ ਚਾਹੀਦਾ ਮੈਂ ਤਾਂ ਬੀਜੇਪੀ ਦੇ ਅਮਿਤ ਸ਼ਾਹ ਜੀ ਹੋਣ ਚਾਹੇ ਮੋਦੀ ਜੀ ਹੋਣ ਮੈਂ ਤਾਂ ਇਹੀ ਰਿਕਵੈਸਟ ਕਰਦਾ ਕਿ ਪੰਜਾਬ ਨੂੰ ਪਲੀਜ਼ ਪੰਜਾਬੀਆਂ ਨੂੰ ਸ਼ਾਂਤੀ ਨਾਲ ਜੀ ਲੈਣ ਦਿਓ ਇੱਕ ਆਖਰੀ ਸਵਾਲ ਇਹ ਪੁੱਛਣਾ ਚਾਹੂੰਗੀ ਪ੍ਰਤਪਾਲ ਸਿੰਘ ਜਿਨੇ ਵੀ ਕੁਝ ਟਾਈਮ ਪਹਿਲਾਂ ਕਿਹਾ ਸੀਗਾ ਕਿ ਕਾਂਗਰਸ ਨੂੰ ਡਰ ਰਿਹਾ ਰੈਸਕਿਊ ਕਰ ਰਿਹਾ Rajasthan ਤੋਂ ਉਹ ਤਾਂ ਐਵੇਂ ਸ਼ੋਸ਼ੇ ਬਾਜੀ ਹੈ ਇਹ ਜਿਹੜੇ ਤੁਸੀਂ ਬਲੀਏਵਾਲ ਦੀ ਗੱਲ ਕਰਦੇ ਹੋ ਇਹ ਪੰਜ ਦਿਨ ਦਾ ਉਹਨੇ ਟਵੀਟ ਕੀਤਾ ਸੀ ਇਹ ਸਭ ਸ਼ੋਸ਼ੇ ਬਾਜੀਆਂ ਨੇ ਜਸਟ ਐਵੇਂ ਇੱਕ ਨਿਊਜ਼ ਵਿੱਚ ਰਹਿਣ ਦੀ ਗੱਲ ਆ ਮੈਂ ਤੁਹਾਡੇ ਸਾਹਮਣੇ ਬੈਠਾ ਨਾ ਮੈਨੂੰ ਕਿਸੇ ਸਾਡੇ ਚੀ ਮੰਤਰੀ ਦਾ ਫੋਨ ਆਇਆ ਨਾ ਕਿਸੇ ਹਾਈ ਕਮਾਂਡ ਦਾ ਫੋਨ ਆਇਆ ਨਾ ਸਾਡੀ ਇੱਥੋਂ ਦੇ ਇਨਚਾਰਜ ਮੰਤਰੀ ਨੇ ਸ਼੍ਰੀ ਭਾਰਤ ਪੂਸ਼ੀ 나ਸ਼ੂ ਜੀ ਨੇ ਕੋਈ ਹੈਜੀ ਗੱਲ ਕਹੀ ਹੈ ਇਸ ਦਿਸ ਇਜ਼ 올 ਅਮਨ ਐਵੇਂ ਇੱਕ ਕਹਾਸਾ ਨਹੀਂ ਯਾਨੀ ਕੋਈ ਐਸਾ ਮਸਲਾ ਨਹੀਂ ਹੈ ਸੋ ਇਸਨ ਸਾਡੇ ਨਾਲ ਕੁਲਦੀਪ ਵੈਦ ਜੀ ਇਲੈਕਸ਼ਨ ਕਿਉਂਕਿ ਜਿਸ ਤਰੀਕੇ ਨਾਲ ਕਿਆ ਕੀ ਹੋ ਚੁੱਕੇ ਹੋਏ ਹੈ ਇੰਤਜ਼ਾਰ ਸਿਰਫ ਨਤੀਜਿਆਂ ਦਾ ਹੈ ਸ ਦੋ ਦਿਨ ਬਾਅਦ ਜਿਹੜਾ ਨਤੀਜਾ ਉਹ ਆ ਜਾਏਗਾ ਕਿ ਕਿਹੜੀ ਪਾਰਟੀ ਆਖਿਰਕਾਰ ਪੰਜਾਬ ਦੇ ਵਿੱਚ ਆਪਣੀ ਸਰਕਾਰ ਬਣਾਉਂਦੀ ਹੈ ਪਰ ਉਸ ਤੋਂ ਦੋ ਦਿਨ ਪਹਿਲਾਂ ਹੀ ਕਿਉਂਕਿ BBMB ਦਾ ਮਸਲਾ ਜਿਹੜਾ ਹੈ ਉਹ ਵੀ ਪੱਖਿਆ ਹੋਇਆ ਕਾਫੀ ਜ਼ਿਆਦਾ ਨਜ਼ਰ ਆ ਰਿਹਾ ਹੈ ਤਾਂ ਉਸ ਦੇ ਉੱਤੇ ਰਾਜਨੀਤੀ ਵੀ ਹੋ ਰਹੀ ਹੈ ਜਿਸ ਦੇ ਬਿਆਨ ਤੁਸੀਂ ਕੁਲਦੀਪ ਵੈਦ ਜੀ ਤੋਂ ਵੀ ਸੁਨੇ ਹੈ ਅਤੇ ਵੱਖ-ਵੱਖ ਪਾਰਟੀਆਂ ਆਪਣੇ ਆਪਣੇ ਤਰੀਕੇ ਦੇ ਨਾਲ ਬਿਆਨਬਾਜ਼ੀ ਵੀ ਕਰ ਰਹੀਆਂ ਨੇ ਕੈਮਰਾਮੈਨ ਰੋਇਤ ਨਾਲ ਮੈਂ ਸ਼ਫਾਲੀ ਦਾ ਨਿਕ ਸਵੇਰਾ ਟੀਵੀ ਲੁਧਿਆਣਾ ऑल वर्ल्ड ओपन चैलेंज 17 टाइम गोल्ड मेडलिस्ट मिया रफीक मोहम्मद पंडित मौलवी बेगम तांत्रिक इन चोरा ठगा तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार का ना चलना सिर्फ इकती घंटिया समाधान फ्री फ्री फ्री, फ्री मिया रफीक मोहम्मद मोबाइल चौरासी तीन सौ